ਬੀਤੇ 60 ਸਾਲਾਂ ਤੋਂ ਅੱਗ ਵਿੱਚ ਝੁੱਲਸ ਰਿਹਾ ਹੈ ਅਮਰੀਕਾ ਦਾ ਇੱਕ ਸ਼ਹਿਰ ਅਤੇ ਦੱਸਿਆ ਜਾ ਰਿਹਾ ਹੈ ਕਿ ਹੋਰ 250 ਸਾਲਾਂ ਤੱਕ ਇਹ ਅੱਗ ਇਸੇ ਤਰ੍ਹਾਂ ਮੱਚਦੀ ਰਹੇਗੀ ਮੈਂ ਗੱਲ ਕਰ ਰਿਹਾ ਹਾਂ ਅਮਰੀਕਾ ਦੇ ਸ਼ਹਿਰ ਸੈਂਟ ਰੇਲੀਆ ਦੀ ਜੋ 1962 ਤੋਂ ਲੈ ਕੇ ਹੁਣ ਤੱਕ ਅੱਗ ਦੀ ਚਪੇੜ ਦੇ ਵਿੱਚ ਕਿਸੇ ਵੇਲੇ ਇਸ ਸ਼ਹਿਰ ਦੇ ਵਿੱਚ ਹਜ਼ਾਰਾਂ ਲੋਕ ਵਸਿਆ ਕਰਦੇ ਸਨ ਖੁਸ਼ੀ ਦੇ ਨਾਲ ਆਪਣਾ ਜੀਵਨ ਬਤਾਉਂਦੇ ਅਤੇ ਹੱਸਦੇ ਖੇਡਦੇ ਸਨ ਪਰ 27 ਮਈ 1962 ਦਾ ਦਿਨ ਐਸਾ ਆਇਆ ਕਿ ਇਹ ਸ਼ਹਿਰ ਬਰਬਾਦ ਹੋ ਗਿਆ ਦਰਅਸਲ ਸੈਂਟਰੇਲੀਆ ਸ਼ਹਿਰ ਕੋਲੇ ਦੀਆਂ ਖਾਣਾ ਦੇ ਉੱਪਰ ਵਸਿਆ ਹੋਇਆ ਸ਼ਹਿਰ ਸੀ ਬਹੁਤਾਤ ਮਾਤਰਾ ਦੇ ਵਿੱਚ ਕੋਲਾ ਇਸ ਸ਼ਹਿਰ ਦੀਆਂ ਖਾਣਾ ਦੇ ਵਿੱਚੋਂ ਕੱਢਿਆ ਜਾਂਦਾ ਸੀ ਸਾਲ 1960 ਦੇ ਵਿੱਚ ਇਹ ਸ਼ਹਿਰ ਕੂੜੇ ਦੀ ਪਰੇਸ਼ਾਨੀ ਦੇ ਨਾਲ ਜੂਝ ਰਿਹਾ ਸੀ ਸ਼ਹਿਰ ਦੇ ਸਾਰੇ ਪਾਸੇ ਕੂੜਾ ਖਿੰਡਿਆ ਹੋਇਆ ਸੀ ਤਾਂ ਇੱਕ ਵਿਉਂਤ ਬਣਾਈ ਗਈ ਕਿ ਇਸ ਕੂੜੇ ਨੂੰ ਡੂੰਘੇ ਟੋਏ ਦੇ ਵਿੱਚ ਸੁੱਟ ਕੇ ਇਸ ਦਾ ਹੱਲ ਕੀਤਾ ਜਾਵੇ ਇਸ ਕਾਰਨ ਇੱਕ 300 ਫੁੱਟ ਚੌੜਾ ਅਤੇ 50 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਅਤੇ ਕੂੜੇ ਨੂੰ ਇਸ ਦੇ ਵਿੱਚ ਸਟਿਆ ਗਿਆ ਲਗਾਤਾਰ 2 ਸਾਲ ਇਸੇ ਤਰ੍ਹਾਂ ਚੱਲਿਆ ਤਾਂ ਫਿਰ ਸਾਲ 1962 ਆਇਆ ਜਦ ਇਹ ਡੂੰਗਾ ਟੋਆ ਵੀ ਕੂੜੇ ਦੇ ਨਾਲ ਭਰ ਗਿਆ ਤਾਂ ਫਿਰ ਇਸ ਗੱਲ ਤੇ ਸਹਿਮਤੀ ਬਣੀ ਕਿ ਇਸ ਕੂੜੇ ਨੂੰ ਅੱਗ ਲਾ ਕੇ ਖਤਮ ਕਰ ਦਿੱਤਾ ਜਾਵੇ ਤਾਂ ਜੋ ਹੋਰ ਕੂੜਾ ਦੁਬਾਰਾ ਇਸ ਟੋਏ ਦੇ ਵਿੱਚ ਸਟਿਆ ਜਾਵੇ ਤੈ ਕੀਤੇ ਫੈਸਲੇ ਦੇ ਅਨੁਸਾਰ ਹੀ ਸਭ ਕੁਝ ਹੋਇਆ ਪਰ ਸ਼ਾਇਦ ਉਸ ਵੇਲੇ ਕੋਈ ਵੀ ਇਹ ਨਹੀਂ ਸੀ ਜਾਣਦਾ ਕਿ ਜੇ ਇਸ ਕੂੜੇ ਨੂੰ ਅੱਗ ਲਾਈ ਜਾ ਰਹੀ ਹੈ ਉਸ ਕੂੜੇ ਵਾਲਾ ਟੋਆ 15 ਫੁੱਟ ਡੂੰਘਾ ਜਾ ਕੇ ਕੋਲੇ ਵਾਲੀਆਂ ਖਾਣਾ ਦੇ ਨਾਲ ਮਿਲਦਾ ਹੈ। ਬਸ ਫਿਰ ਕੀ ਸੀ? ਇਸੇ ਦਿਨ ਤੋਂ ਸ਼ੁਰੂ ਹੋਇਆ ਇਸ ਸ਼ਹਿਰ ਦੀ ਬਰਬਾਦੀ ਦਾ ਸਮਾਂ। ਕੂੜੇ ਨੂੰ ਲਗਾਈ ਹੋਈ ਅੱਗ ਨੇ ਕੂੜਾ ਤਾਂ ਖਤਮ ਕਰ ਦਿੱਤਾ ਪਰ ਇਹ ਅੱਗ ਹੌਲੀ-ਹੌਲੀ ਕੋਲੇ ਦੀਆਂ ਖਾਣਾ ਤੱਕ ਆ ਪਹੁੰਚੀ। ਕਿਉਂਕਿ ਇਹ ਪੂਰਾ ਸ਼ਹਿਰ ਕੋਲੇ ਦੀਆਂ ਖਾਣਾ ਦੇ ਉੱਪਰ ਵਸਿਆ ਹੋਇਆ ਸੀ ਜਿਸ ਤੇ ਨਾਲ ਪੂਰੇ ਸ਼ਹਿਰ ਦੇ ਵਿੱਚ ਕਿਸੇ ਵੇਲੇ ਵੀ ਧੂਆ ਨਿਕਲਣ ਲੱਗ ਜਾਂਦਾ ਅਤੇ ਕਦੇ ਵੀ ਕਿਸੇ ਵੀ ਜਗ੍ਹਾ ਤੇ ਅੱਗ ਲੱਗ ਜਾਂਦੀ। ਅੱਗ ਦੇ ਚਲਦਿਆਂ ਪੂਰੇ ਸ਼ਹਿਰ ਦੇ ਵਿੱਚ ਕਾਰਬਨ ਮੋਨੋਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੋ ਗਈਆਂ ਅਤੇ ਸ਼ਹਿਰ ਦੀਆਂ ਸੜਕਾਂ ਗਲਣ ਲੱਗ ਪਈਆਂ ਅਤੇ ਬਹੁਤ ਸਾਰੇ ਖੱਡੇ ਪੈ ਗਏ। ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਵੀ ਇਹ ਅੱਗ ਬੁਝਾਉਣ ਦੇ ਵਿੱਚ ناکਾਮ ਰਹੀਆਂ। ਜਿਸ ਕਾਰਨ ਇਹ ਪੂਰਾ ਸ਼ਹਿਰ ਖਾਲੀ ਕਰਵਾਉਣਾ ਪਿਆ। ਪਰ ਫਿਰ ਵੀ ਕੁਝ ਚੰਤਕੂ ਲੋਕ ਆਪਣੀ ਜਿੱਦ ਦੇ ਕਾਰਨ ਇੱਥੇ ਹੀ ਰਹੇ। ਸਾਲ 2020 ਤੱਕ ਇਨ੍ਹਾਂ ਲੋਕਾਂ ਦੀ ਗਿਣਤੀ ਮਹਿਜ਼ 5 ਸੀ। ਅੱਜ ਇਸ ਸ਼ਹਿਰ ਨੂੰ ਗੋਸਟ ਟਾਊਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਜ ਵੀ ਲੋਕ ਇਸ ਸ਼ਹਿਰ ਦੇ ਵਿੱਚ ਇਸ ਨੂੰ ਸਿਰਫ ਦੇਖਣ ਦੇ ਲਈ ਆਉਂਦੇ ਨੇ ਮਾਹਿਰ ਤਾਂ ਇਹ ਵੀ ਦੱਸਦੇ ਨੇ ਕਿ ਇਸ ਸ਼ਹਿਰ ਦੇ ਇੇਠਾਂ ਹਾਲੇ ਵੀ ਇੰਨਾ ਕੋਲਾ ਮੌਜੂਦ ਹੈ ਕਿ ਇਹ ਸ਼ਹਿਰ ਹੋਰ 250 ਸਾਲਾਂ ਤੱਕ ਇਸੇ ਤਰ੍ਹਾਂ ਅੱਗ ਦੇ ਵਿੱਚ ਚੋਸਤਾ ਰਹੇਗਾ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਪਾਉਂਦੇ ਹੋ ਇਜਾਜ਼ਤ ਧੰਨਵਾਦ ਜੀ